ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਦੇ ਇੱਕ ਸਾਥੀ ਨੂੰ 에어ਪੋਰਟ ਤੇ ਰੋਕਿਆ ਗਿਆ ਜੀ ਹਾਂ ਅਮਰਿਤਪਾਲ ਸਿੰਘ ਦਾ ਇੱਕ ਸਾਥੀ ਦੱਸਿਆ ਜਾ ਰਿਹਾ ਹੈ ਜਿਸ ਨੇ ਲੰਡਨ ਜਾਣਾ ਸੀ ਪਰ ਫਲਾਈਟ ਦੇ ਵਿੱਚ ਚੜਨ ਤੋਂ ਪਹਿਲਾਂ ਹੀ ਉਸ ਨੂੰ ਰੋਕ ਦਿੱਤਾ ਗਿਆ ਉਸ ਦੇ ਖਿਲਾਫ ਲੁੱਕ ਆਊਟ ਨੋਟਿਸ ਵੀ ਜਾਰੀ ਹੋ ਚੁੱਕਿਆ ਹੈ ਦੱਸ ਇਹ ਕਿ ਅਮਰਿਤਪਾਲ ਸਿੰਘ ਦਾ ਇਹ ਸਾਥੀ ਵਾਰਿਸ ਪੰਜਾਬ ਜੱਥੇਬੰਦੀ ਦਾ ਸੋਸ਼ਲ ਮੀਡੀਆ ਪੇਜ ਹੈਂਡਲ ਕਰਦਾ ਜਿਸ ਨੂੰ ਰੋਕਿਆ ਗਿਆ ਹੈ ਔਰ ਉਸ ਤੋਂ ਬਾਅਦ ਸਥਾਨਕ ਪੁਲਿਸ ਨੂੰ ਵੀ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਮਾਮਲਾ ਸਾਹਮਣੇ ਆਇਆ ਜਿੱਥੇ ਅੰਮ੍ਰਿਤਸਰ ਦੇ ਵਿੱਚ ਵਾਰਿਸ ਪੰਜਾਬ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਰੋਕਿਆ ਗਿਆ ਉਸਨੇ ਲੰਡਨ ਜਾਣਾ ਸੀ ਫਲਾਈਟ ਫੜਨੀ ਸੀ ਪਰ ਉਸ ਤੋਂ ਪਹਿਲਾਂ ਕਿ ਉਸ ਨੂੰ ਰੋਕ ਦਿੱਤਾ ਗਿਆ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਕਿ ਜਲੰਧਰ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਗੁਰਿੰਦਰ ਸਿੰਘ ਜਿਸ ਨੇ ਇੰਗਲੈਂਡ ਜਾਣਾ ਸੀ ਉਸ ਨੂੰ ਰੋਕ ਦਿੱਤਾ ਗਿਆ ਉਸ ਦੇ ਖਿਲਾਫ ਐਲਓਸੀ ਯਾਨੀ ਲੋਕਆਊਟ ਸਰਕੂਲਰ ਨੋਟਿਸ ਜਾਰੀ ਹੋਇਆ ਹੈ ਔਰ ਉਸਦੇ ਚਲਦਿਆਂ ਉਸ ਨੂੰ ਅੰਮ੍ਰਿਤਸਰ 에어ਪੋਰਟ ਤੇ ਰੋਕਿਆ ਗਿਆ 에어 ਇੰਡੀਆ ਦੀ ਉਡਾਨ ਰਾਹੀ ਉਸਨੇ ਲੰਡਨ ਲਈ ਰਵਾਨਾ ਹੋਣਾ ਸੀ ਅਮ੍ਰਿਤਪਾਲ ਸਿੰਘ ਦਾ ਸਾਥੀ ਦੱਸਿਆ ਜਾ ਰਿਹਾ ਗੁਰਿੰਦਰ ਸਿੰਘ ਉਰਫ ਗੋਰ ਔਜਲਾ ਜਿਸ ਨੂੰ ਕੀ ਰੋਕਿਆ ਗਿਆ ਹੈ ਜਾਣਕਾਰੀ ਸਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਦਰਅਸਲ ਇਹ ਵਾਇਰਸ ਪੰਜਾਬ ਜੱਥੇਬੰਦੀ ਦਾ ਸੋਸ਼ਲ ਮੀਡੀਆ ਅਕਾਊਂਟ ਹੈਂਡਲ ਕਰਦਾ ਸੀ ਤੇ ਇਸ ਨੂੰ ਅੰਮ੍ਰਿਤਸਰ 에어ਪੋਰਟ ਤੇ ਰੋਕਿਆ ਗਿਆ ਜਿੱਥੇ ਇਸ ਦੇ ਕੋਲੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਔਰ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਗੁਰਿੰਦਰ ਪਾਲ ਉਰਫ ਗੁਰ ਔਜਲਾ ਨੂੰ ਰੋਕਿਆ ਗਿਆ ਹੈ ਉਸ ਦੇ ਖਿਲਾਫ ਸੋਸ਼ਲ ਮੀਡੀਆ ਤੇ ਹਥਿਆਰਾਂ ਦੇ ਨਾਲ ਫੋਟੋਆਂ ਪਾਉਣ ਦੇ ਮਾਮਲੇ ਦੇ ਵਿੱਚ ਐਲਓਸੀ ਯਾਨੀ ਲੁਕਆਊਟ ਨੋਟਿਸ ਵੀ ਜਾਰੀ ਹੋ ਚੁੱਕਿਆ ਹੈ ਗੁਰ ਔਜਲਾ ਨੇ ਲੰਡਨ ਜਾਣਾ ਸੀ ਫਲਾਈਟ ਫੜਨੀ ਸੀ ਉਸ ਨੂੰ ਉੱਥੇ ਰੋਕ ਦਿੱਤਾ ਗਿਆ ਨਾ ਸਿਰਫ ਰੋਕਿਆ ਬਲਕਿ ਜਲੰਧਰ ਪੁਲਿਸ ਨੂੰ ਇਸ ਬਾਰੇ ਦੇ ਵਿੱਚ ਜਾਣਕਾਰੀ ਵੀ ਦਿੱਤੀ ਗਈ ਹੈ ਤਾਂ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਤੇ ਉਹਨਾਂ ਦੇ ਹੋਰ 10 ਸਾਥੀ ਜਿਨ੍ਹਾਂ ਦੇ ਲਾਇਸੈਂਸ ਰੱਦ ਕਰਨ ਦੀ ਵੀ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਇਹਨਾਂ ਦੇ ਹਥਿਆਰਾਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ ਵੱਡੀਆਂ ਕਾਰਵਾਈਆਂ ਹੋਣਗੀਆਂ ਤਾਂ ਉਸੇ ਵਿਚਾਲੇ ਵੱਡੀ ਖਬਰ ਹੈ ਕਿ ਗੁਰਿੰਦਰਪਾਲ ਸਿੰਘ ਨੂੰ ਰੋਕਿਆ ਗਿਆ ਹੈ ਅਮ੍ਰਿਤਪਾਲ ਸਿੰਘ ਦਾ ਇਸ ਸਾਥੀ ਦੱਸਿਆ ਜਾ ਰਿਹਾ ਜਿਸ ਨੂੰ 에어ਪੋਰਟ ਤੇ ਹੀ ਰੋਕ ਦਿੱਤਾ ਗਿਆ ਤਾਂ ਇਸ ਦੇ ਵੱਲੋਂ ਫਲਾਈਟ ਫੜੀ ਜਾਣੀ ਸੀ ਇਸ ਨੇ ਲੰਡਨ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਸ ਨੂੰ ਅੰਮ੍ਰਿਤਸਰ ਦੇ 에어ਪੋਰਟ ਤੇ ਰੋਕ ਦਿੱਤਾ ਗਿਆ ਔਰ ਕਾਰਨ ਦੱਸਿਆ ਜਾ ਰਿਹਾ ਕਿਸ ਦੇ ਖਿਲਾਫ ਹਥਿਆਰਾਂ ਦੀ ਹਥਿਆਰਾਂ ਦੀ ਨਮਾਇਸ਼ ਕਰਨ ਤੇ ਹਥਿਆਰਾਂ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਅਪਲੋਡ ਕਰਨ ਦੇ ਮਾਮਲੇ ਦੇ ਵਿੱਚ ਐਲਓਸੀ ਯਾਨੀ ਲੁਕਆਊਟ ਨੋਟਿਸ ਜਾਰੀ ਹੋਇਆ ਜਦੋਂ ਗੁਰਿੰਦਰਪਾਲ ਸਿੰਘ ਅੰਮ੍ਰਿਤਸਰ 에ਰਪੋਰਟ ਤੇ ਚੈੱਕ ਇਨ ਦੇ ਲਈ ਪਹੁੰਚਦਾ ਹੈ ਤਾਂ ਉਸ ਨੂੰ ਉੱਥੇ ਰੋਕਿਆ ਜਾਂਦਾ ਹੈ ਤੇ ਜਲੰਧਰ ਪੁਲਿਸ ਨੂੰ ਇਸ ਵਾਬਤ ਜਾਣਕਾਰੀ ਵੀ ਦਿੱਤੀ ਗਈ ਹੈ ਜਲੰਧਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਗੁਰਿੰਦਰਪਾਲ ਸਿੰਘ ਤੇ ਅਮ੍ਰਿਤਪਾਲ ਸਿੰਘ ਦਾ ਸਾਥੀ ਹੈ ਇਸਨੇ ਲੰਡਨ ਜਾਣਾ ਸੀ ਔਰ ਇਹ ਵੀ ਜਾਣਕਾਰੀ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ ਕਿ ਇਹ ਵਾਰਿਸ ਪੰਜਾਬ ਜਥੇਬੰਦੀ ਦਾ ਸੋਸ਼ਲ ਮੀਡੀਆ ਅਕਾਊਂਟ ਹੈ ਜਿਹੜਾ ਉਸ ਨੂੰ ਹੈਂਡਲ ਕਰਦਾ ਸੀ ਉਸ ਤੇ ਪੋਸਟਾਂ ਪਾਉਂਦਾ ਸੀ ਔਰ ਉਸ ਦੇ ਉੱਤੇ ਕਿਉਂ ਜੀਆਂ ਵੀਡੀਓਜ਼ ਜਾਨੀਆਂ ਨੇ ਕਿਉਂ ਜੀਆਂ ਪੋਸਟਾਂ ਪਾਣੀਆਂ ਤੇ ਸਭ ਗੁਰਿੰਦਰਪਾਲ ਸਿੰਘ ਦੀ ਦੇਖਰੇਖ ਦੇ ਵਿੱਚ ਹੋ ਰਿਆ ਸੀ ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਸੋਸ਼ਲ ਮੀਡੀਆ ਅਕਾਊਂਟ ਵੀ ਹੈਂਡਲ ਕਰਦਾ ਸੀ ਪਰ ਅਮ੍ਰਿਤਪਾਲ ਸਿੰਘ ਦਾ ਇਹ ਸਾਥੀ ਹੈ ਜਿਸ ਨੇ ਲੰਡਨ ਜਾਣਾ ਸੀ ਔਰ ਉਸ ਨੂੰ ਰੋਕ ਦਿੱਤਾ ਗਿਆ ਚੈਕ-ਇਨ ਤਾਂ ਕਰਨ ਦਿੱਤਾ ਗਿਆ ਪਰ ਫਲਾਈਟ ਦੇ ਅੰਦਰ ਨਹੀਂ ਬੈਠਣ ਦਿੱਤਾ ਗਿਆ 에ਅਰ ਇੰਡੀਆ ਦੀ ਫਲਾਈਟ ਸੀ ਜਿਹੜੀ ਲੰਡਨ ਜਾਣੀ ਸੀ ਇਸਨੇ ਉਸ ਦੇ ਵਿੱਚ ਸਵਾਰ ਹੋ ਕੇ ਲੰਡਨ ਜਾਣਾ ਸੀ ਪਰ ਇਸ ਨੂੰ ਅੰਮ੍ਰਿਤਸਰ 에ਰਪੋਰਟ ਤੇ ਹੀ ਰੋਕ ਦਿੱਤਾ ਗਿਆ ਕਿਉਂਕਿ ਇਸ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਹੋਇਆ ਹਥਿਆਰਾਂ ਦੀਆਂ ਤਸਵੀਰਾਂ ਪੋਸਟ ਕਰਨ ਨੂੰ ਲੈ ਕੇ ਔਰ ਹਥਿਆਰਾਂ ਦੀ ਨਮਾਇਸ਼ ਕਰਨ ਨੂੰ ਲੈ ਕੇ ਜਿੱਥੇ ਇਹ ਕਿਹਾ ਜਾ ਰਿਹਾ ਸੀ ਕਿ ਅਮਰਿਤਪਾਲ ਸਿੰਘ ਦੇ ਸਮੇਤ ਉਸਦੇ 10 ਸਾਥੀਆਂ ਦੇ ਖਿਲਾਫ ਕਾਰਵਾਈ ਹੋਏਗੀ ਉਹਨਾਂ ਦੇ ਲਾਇਸੈਂਸ ਰੱਦ ਹੋਣਗੇ ਬਾਈ ਨੇਮ ਲਾਇਸੈਂਸ ਜਿਹੜੇ ਹੈ ਉਹ ਰੱਦ ਕੀਤੇ ਜਾਣਗੇ ਰਿਵਿਊ ਹੋ ਰਹੇ ਨੇ ਉਹਨਾਂ ਦੇ ਲਾਇਸੈਂਸ ਤਾਂ ਉਸੇ ਵਿਚਾਲੇ ਵੱਡੀ ਖਬਰ ਹੈ ਕਿ ਅਮਰਿਤਪਾਲ ਸਿੰਘ ਦਾ ਇੱਕ ਸਾਥੀ ਜਿਸ ਦਾ ਨਾਮ ਗੁਰਿੰਦਰਪਾਲ ਸਿੰਘ ਉਰਫ ਗੁਰ ਔਜਲਾ ਦੱਸਿਆ ਜਾ ਰਿਹਾ ਹੈ ਉਸ ਨੂੰ ਰੋਕਿਆ ਗਿਆ ਉਸ ਦੇ ਪਾਸਪੋਰਟ ਦੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਕਿ ਗੁਰ ਔਜਲਾ ਨੂੰ 에어ਪੋਰਟ ਤੇ ਰੋਕ ਦਿੱਤਾ ਗਿਆ ਹੈ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਰੋਕਿਆ ਗਿਆ ਤੇ ਇਸ ਦੀ ਸਾਰੀ ਜਾਣਕਾਰੀ ਅੰਮ੍ਰਿਤਸਰ ਪੁਲਿਸ ਨੇ ਜਲੰਧਰ ਦੀ ਪੁਲਿਸ ਦੇ ਨਾਲ ਵੀ ਸਾਂਝੀ ਕੀਤੀ ਹੈ ਕਿ ਇਸ ਵਿਅਕਤੀ ਦੇ ਖਿਲਾਫ ਐਲਓਸੀ ਯਾਨੀ ਲੁਕਆਊਟ ਨੋਟਿਸ ਜਾਰੀ ਹੈ ਤਾਂ ਇਹ ਇਸ ਤਰੀਕੇ ਦੇ ਨਾਲ ਵਿਦੇਸ਼ ਨਹੀਂ ਜਾ ਸਕਦਾ ਲੁਕ ਐਂਡ ਆਊਟ ਨੋਟਿਸ ਦੇ ਵਿੱਚ ਬਿਨਾ ਸਥਾਨਕ ਪੁਲਿਸ ਨੂੰ ਜਾਣਕਾਰੀ ਦਿੱਤੇ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਦੇਸ਼ ਨਹੀਂ ਛੱਡ ਸਕਦਾ ਤਾਂ ਉਸੇ ਤਰੀਕੇ ਨਾਲ ਇਸੇ ਕਾਰਵਾਈ ਦੇ ਤਹਿਤ ਗੁਰਿੰਦਰਪਾਲ ਸਿੰਘ ਉਰਫ ਗੁਰ ਔਜਲਾ ਨੂੰ ਵੀ ਰੋਕਿਆ ਗਿਆ ਹੈ ਹਾਲਾਂਕਿ ਰੋਕਣ ਦੇ ਹੋਰ ਪੁਖਤਾ ਕਾਰਨ ਜਿਹੜੇ ਉਹ ਨਿਕਲ ਕੇ ਸਾਹਮਣੇ ਨਹੀਂ ਆਏ ਕਿਉਂਕਿ ਕੋਈ ਵੀ ਅਧਿਕਾਰਤ ਤੌਰ ਤੇ ਬਿਆਨ ਸਾਡੇ ਕੋਲ ਅਧਿਕਾਰੀਆਂ ਦਾ ਨਹੀਂ ਪਹੁੰਚਿਆ ਕਿ ਗੁਰ ਔਜਲਾ ਨੂੰ ਕਿਉਂ ਰੋਕਿਆ ਗਿਆ ਪਰ ਜੋ ਸੂਤਰਾਂ ਦੇ حوالے ਤੋਂ ਖਬਰ ਸੰਭੇ ਆ ਰਹੀ ਹੈ ਕਿ ਲੁਕਆਊਟ ਨੋਟਿਸ ਜਾਰੀ ਹੋਇਆ ਸੀ ਹਥਿਆਰਾਂ ਦੀ ਨਮਾਇਸ਼ ਕਰਨ ਦੇ ਖਿਲਾਫ ਤਾਂ ਉਸ ਤਹਿਤ ਰੋਕਿਆ ਗਿਆ ਹੈ ਹਾਲਾਂਕਿ ਮਾਮਲੇ ਦੀ ਸੱਚਾਈ ਉਸ ਵਕਤ ਪਤਾ ਲੱਗੇਗੀ ਜਦੋਂ ਅਧਿਕਾਰਤ ਤੌਰ ਤੇ ਕੋਈ ਬਿਆਨ ਜਾਂ ਗੁਰੌਜਲਾ ਦਾ ਆਏਗਾ ਜਾਂ ਫਿਰ ਪੁਲਿਸ ਦਾ ਆਏਗਾ ਫਿਰ ਅਧਿਕਾਰਤ ਤੌਰ ਤੇ ਪੁਸ਼ਟੀ ਹੋਏਗੀ ਕਿ ਕਿਹਣਾ ਕਾਰਨਾ ਕਰਕੇ ਗੁਰਿੰਦਰਪਾਲ ਸਿੰਘ ਨੂੰ ਅੰਮ੍ਰਿਤਸਰ 에ਅਰਪੋਰਟ ਤੇ ਰੋਕਿਆ ਗਿਆ ਹੈ